ਹਾਂਜੀ ਫਸਟ ਆਫ ਆਲ ਹਰਦਿਆਲ ਨਾਗੀ ਜੀ ਜਿਵੇਂ ਤੁਸੀਂ ਅੱਜ ਸਾਡੇ PML ਵਿਜ਼ਟਮ ਸਕੂਲ ਨਾਗਰੀ ਚ ਵਿਜ਼ਿਟ ਕਰਨ ਆਏ ਹੋ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਣੇ ਇਲਾਕੇ ਚ ਇਹ ਫਸਟ ICSE ਸਕੂਲ ਅਸੀਂ ਇੰਟਰੋਡਿਊਸ ਕਰਨ ਜਾ ਰਹੇ ਹਾਂ ਇਹ ICSE ਸਕੂਲ ਚ ਜਿਹੜਾ ਕਿ ਬੜਾ ਯੂਨੀਕ ਐਗਜ਼ੈਂਪਲਰੀ ਬੜਾ ਇਨੋਵੇਟਿਵ ਔਰ ਕੋ ਐਜੂਕੇਸ਼ਨਲ ਇੰਸਟੀਚਿਊਟ ਬਣਨ ਜਾ ਰਿਹਾ ਤਾਂ ਮੈਂ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ ਜੀ ਨੇ ਕਿ ਪਿਛਲੇ 30 ਸਾਲਾਂ ਤੋਂ ਲਾਸਟ 30 ਈਅਰਸ ਤੋਂ ਲੱਖਾਂ ਦੇ ਮੇਰਾ ਬੱਚਾ ਵੈਸੇ ਸਟੂਡੈਂਟਸ ਓਲਡ ਸਟੂਡੈਂਟਸ ਐਲਮਨਾਈ ਦੇ ਨੋ ਵੈਰੀ ਵੈਲ ਕਿ ਵੀ ਬੱਚੇ ਜਿਹੜੇ ਸਕਸੈਸ ਹੋਏ ਨੇ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਵੈਸੇ ਲੋੜ ਨਹੀਂ ਲੇਕਿਨ ਇਹ ਜਿਹੜੀ ਨਿਊ ਜਨਰੇਸ਼ਨ ਹੈ ਜਾਂ ਇਲਾਕਾ ਹੈ ਉਹਨੂੰ ਅਵੇਅਰਨੈਸ ਦੇਣ ਵਾਸਤੇ ਇਨਫੋਰਮੇਸ਼ਨ ਦੇਣ ਵਾਸਤੇ ਕਿ ਬੱਚਿਆਂ ਦੇ ਬ੍ਰਾਈਟ ਫਿਊਚਰ ਵਾਸਤੇ ਕਿ 30-30, 40-40 ਕਿਲੋਮੀਟਰ ਚ ਆਪਣੇ ਇਲਾਕੇ ਚ ਜਿਵੇਂ ਕਿ ਪਹਿਲਾਂ ਅੱਜ ਤੋਂ 25 ਸਾਲ ਪਹਿਲਾਂ ICSE ਸਕੂਲ ਨਹੀਂ ਹੁੰਦੇ ਸੀ ਅੱਜ ਦੇ ਇਸ ਟਾਈਮ ਚ ਕੋਈ ਵੀ CBSE ਸਕੂਲ ਨਹੀਂ ਹੁੰਦੇ ਸੀ ਇਸੇ ਤਰੀਕੇ ਨਾਲ ICSE ਸਕੂਲ ਨਾ ਹੋਣ ਕਰਕੇ ਕਿਉਂਕਿ ਹੁਣ ਜਿਹੜਾ ਬੱਚਿਆਂ ਦਾ ਐਕਸਪੋਜ਼ਰ ਹੈ ਬੱਚਿਆਂ ਦੀ ਜਿਹੜੀ ਇਨੋਵੇਟਿਵ ਅਪਰੋਚ ਹੈ ਉਹ ਇੰਟਰਨੈਸ਼ਨਲ ਤੇ ਆਪਣੇ ਪਾਤਲਾ ਸਮਾਨ ਔਰ ਸਾਰੇ ਨੇੜੇ ਤੇੜੇ ਦੇ 30 ਕਿਲੋਮੀਟਰ 40 ਕਿਲੋਮੀਟਰ ਦੇ ਜਿਹੜੇ ਪਿੰਡ ਨੇ ਇਹਨਾਂ 'ਚ ਕਿਉਂਕਿ ਬੱਚੇ ਅੱਜ ਕੱਲ੍ਹ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਹਰ ਪੇਰੈਂਟਸ ਕੋਸ਼ਿਸ਼ ਕਰਦਾ ਕਿ ਮੇਰੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਕੁਆਲਿਟੀ ਐਜੂਕੇਸ਼ਨ ਤਾਂ ਇਸ ਕਰਕੇ ਇਹ ਵੈਲਫੇਅਰ ਟਰੱਸਟ ਦੇ ਅੰਡਰ ਜਿਹੜਾ ਵਿਜ਼ਡਮ ਸਕੂਲ ਨਾਗਰੀ ਹੈ ਇਹ ਵੀ ਆਪਣੀ ਮੈਨੇਜਮੈਂਟ ਹੈ ਜਿਸ ਵਾਈਸ ਚੇਅਰਮੈਨ ਸਾਡੇ ਹਰਜੀਤ ਸਿੰਘ ਬਿੱਟੂ ਨੇ ਅਤੇ ਪ੍ਰਿੰਸੀਪਲ ਮੈਮ ਅਮਿਤਾ ਵਾਲੀਆ ਜੀ ਨੇ ਜੋ ਕਿ ਓਵਰਆਲ ਲੁੱਕ ਅਫਰਮ ਕਰਨਗੇ ਅਤੇ ਮੈਡਮ ਹੈਡਮਿਸਟ੍ਰੇਸ ਸਿਲਕੀ ਯਾਦਵ ਪ੍ਰੀ ਪ੍ਰਾਇਮਰੀ ਦੀ ਐਕਸਪਰਟ ਜਿਹਨਾਂ ਦਾ 15 ਈਅਰਸ ਦਾ 15 ਸਾਲ ਦਾ ਐਕਸਪੀਰੀਅੰਸ ਹੈ ਮੈਡਮ ਇਹਦਾ ਵੀ ਲਾਸਟ 25 ਸਾਲ ਨੀਅਰ ਅਬਾਊਟ 24 ਸਾਲ ਦਾ ਐਕਸਪੀਰੀਅੰਸ ਪਹਿਲਾਂ ਅਕਾਲ ਅਕੈਡਮੀ 'ਚ ਕੰਮ ਕਰਦੇ ਸੀ ਵਾਈਸ ਪ੍ਰਿੰਸੀਪਲ DAV 'ਚ ਵੀ ਇੰਸਟੀਟਿਊਸ਼ਨ ਕੰਮ ਕਰੇ ਨਾਓ ਸੀ ਵਿਲ ਬੀ ਏ ਪ੍ਰਿੰਸੀਪਲ ਆਫ ਦਿਸ ਇਹ ਯੂਨੀਕ ਐਗਜ਼ੈਂਪਲਰੀ ਇੱਕ ਰੋਲ ਮਾਡਲ ਸਕੂਲ ਇਲਾਕੇ 'ਚ ਅਸੀਂ ਲੋਕਾਂ ਨੂੰ ਬੱਚਿਆਂ ਨੂੰ ਪੇਰੈਂਟਸ ਨੂੰ ਅਸੀਂ ਦੇਵਾਂਗੇ ਪ੍ਰੋਵਾਈਡ ਕਰਾਂਗੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿਉਂਕਿ ਇਹ ਇੰਟਰੋਡਕਟਰੀ ਇਨਫੋਰਮੇਸ਼ਨ ਵੈਸੇ ਤਾਂ ਅਸੀਂ ਘਰ ਘਰ ਕੋਸ਼ਿਸ਼ ਕਰੀ ਹੈ ਕਿ ਪੇਰੈਂਟਸ ਨੂੰ ਇੱਕ ਸੁਨੇਹਾ ਦਿੱਤਾ ਜਾਵੇ ਕਿ ਨਵੇਂ ਰੰਗ ਨਵਾਂ ਸਵੇਰਾ ਨਵੀਂ ਉਡਾਨ ਨਵੀਂ ਰੋਸ਼ਨੀ ਨਵਾਂ ਆਗਾਜ਼ ਔਰ 30 ਈਅਰਸ ਆਫ ਟਰੱਸਟ ਕਿ ਪੇਰੈਂਟਸ ਨੂੰ ਜਿਹੜੀ ਅਕੈਡਮਿਕ ਐਕਸਲੈਂਸ ਠੀਕ ਹੈ ਵੈਸੇ ਲੋਕ ਅੱਜ ਕੱਲ੍ਹ ਕਹਿੰਦੇ ਜੀ ਬਿਊਟੀਫੁਲ ਬਿਲਡਿੰਗ ਚਾਹੀਦੀ ਹੈ ਚਾਹੀਦੀ ਹੈ ਬਟ ਸਭ ਤੋਂ ਪਹਿਲਾਂ ਚਾਹੀਦੀ ਹੈ ਕੁਆਲਿਟੀ ਐਜੂਕੇਸ਼ਨ ਸਭ ਤੋਂ ਪਹਿਲਾਂ ਚਾਹੀਦਾ ਰਿਜ਼ਲਟ ਓਰੀਐਂਟਡ ਟੀਚਿੰਗ ਅਤੇ ਮੈਂ ਤਾਂ ਇਹ ਵਿਸ਼ਵਾਸ ਦਵਾਉਂਦਾ ਇਲਾਕਾ ਵਾਸੀਆਂ ਨੂੰ ਕਿ ਮੈਂ ਅਤੇ ਮੇਰੀ ਟੀਮ ਅਤੇ ਅਸੀਂ ਸਾਰੇ ਕੋਲੈਕਟਿਵਲੀ ਤੁਸੀਂ ਮਹਿਸੂਸ ਕਰੋਗੇ ਜਿਵੇਂ ਪਹਿਲਾਂ ਅਸੀਂ 29 ਸਾਲ 30 ਸਾਲ ਤੁਹਾਡੇ ਬੱਚਿਆਂ ਨੂੰ ਸਕਸੈਸ ਕਰਿਆ ਕਾਮਯਾਬ ਕਰਿਆ ਔਰ ਮੈਂ 30 ਸਾਲ ਸੇਵਾ ਕਰਨ ਤੋਂ ਬਾਅਦ ਇਹ ਨਵਾਂ ਜਿਹੜਾ ਐਗਜ਼ੈਂਪਲਰੀ ਇਲਾਕੇ ਦਾ ਵਿੱਦਿਆ ਦਾ ਮੰਦਰ ਹੋਏਗਾ ਇਸ ਵਿੱਦਿਆ ਦੇ ਮੰਦਰ 'ਚ ਤੁਸੀਂ ਆਪਣੇ ਬੱਚਿਆਂ ਦੀ ਆਲਰਾਊਂਡ ਡਿਵੈਲਪਮੈਂਟ ਬਾਰੇ ਬਿਲਕੁਲ ਨਿਊ ਥਿੰਗਸ ਜਿਹੜੇ ਨਿਊ ਆਈਡੀਆਸ ਨਿਊ ਫੈਕਲਟੀ ਕੋਈ ਲੋਕਲ ਫੈਕਲਟੀ ਨਹੀਂ ਸਾਡੀ ਜਾਂ ਪਟਿਆਲੇ ਤੋਂ ਜਾਂ ਚੰਡੀਗੜ੍ਹ ਤੋਂ ਜਾਂ ਸਾਊਥ ਇੰਡੀਅਨ ਟੀਚਰਸ ਰਿਕਰੂਟ ਹੋਣਗੇ ਔਰ ਬੜੇ ਹੈਂਡਸਮ ਸੈਲਰੀ ਨਾਲ ਅਸੀਂ ਰਿਕਰੂਟਮੈਂਟ ਕਰਕੇ ਟੀਚਰਸ ਪ੍ਰੋਵਾਈਡ ਕਰਾਂਗੇ ਔਰ ਤੁਸੀਂ ਇਮੇਜਿਨ ਕਰੋ ਕਿ ਵੀ ICSE ਕਰਨ ਦਾ ਮਤਲਬ ICSE ਦੇ ਬੈਨੀਫਿਟਸ ਉਸ ਬਾਰੇ ਸਾਡੇ ਪ੍ਰਿੰਸੀਪਲ ਮੈਮ ਤੁਹਾਨੂੰ ਦੱਸਣਗੇ ਬਟ ਮੈਂ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ ਨਾਲ ਆਪਣੀ ਗਾਈਡੈਂਸ ਕਈ ਲੋਕਾਂ ਨੇ ਰੂਮਰਸ ਬਿੜਾਏ ਪਹਿਲੇ ਪ੍ਰਿੰਸੀਪਲ ਸਾਹਿਬ ਹੋਵਾਂਗੇ ਨਹੀਂ ਹੋਵਾਂਗੇ ਮੈਂ ਸਾਰਿਆਂ ਨੂੰ ਪੇਰੈਂਟਸ ਨੂੰ ਵਿਸ਼ਵਾਸ ਦਿਲਾਉਂਦਾ ਇਲਾਕਾ ਨਿਵਾਸੀਆਂ ਨੂੰ ਵੀ ਮੇਰੀ ਪੂਰੇ ਜੀਵਨ ਦੀ ਸੇਵਾ ਹੁਣ ਇਸ ਇੰਸਟੀਟਿਊਸ਼ਨ ਵਾਸਤੇ ਟੋਟਲੀ ਕਮਿਟਿਡ ਹੈ ਸਮਰਪਿਤ ਹੈ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਂਦਾ ਕਿ ICSE ਦਾ ਮਤਲਬ ਇਹ ਐਗਜ਼ੈਂਪਲਰੀ ਇੰਟਰਨੈਸ਼ਨਲ ਇੰਗਲਿਸ਼ ਕੰਪਲਸਰੀ ਲਿਟਰੇਰੀ ਔਰ ਐਟਸੈਕਟਰਾ ਕਿ ਤੁਹਾਡੇ ਬੱਚੇ ਨੂੰ ਕੋਨਵੈਂਟ ਰਿਫਲੈਕਸ਼ਨ ਪਰਸਨੈਲਿਟੀ ਡਿਵੈਲਪਮੈਂਟ ਇੱਕ ਮਹੀਨੇ ਬਾਅਦ ਜੇ ਤੁਸੀਂ ਚੈੱਕ ਕਰੋ ਜੇ ਤੁਹਾਨੂੰ ਸੈਟਿਸਫੈਕਸ਼ਨ ਨਾ ਹੋ ਮੇਰੇ ਤੋਂ ਡਬਲ ਫੀਸ ਲੈ ਜਾਓ ਕਿਉਂਕਿ ਕਈ ਵਾਰ ਕੋਈ ਕਹਿੰਦਾ ਡਬਲ ਫੀਸ ਜ਼ਿਆਦਾ ਹੈ ਜੀ ਕੋਈ ਕਹਿੰਦੇ ਬਿਲਡਿੰਗ ਨਹੀਂ ਬਣੇ ਜੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਸਕੂਲ ਐਜੂਕੇਸ਼ਨ ਕਿਉਂਕਿ ਸਾਡਾ ਵੈਲਫੇਅਰ ਟਰੱਸਟ ਹੈ ਥੋੜ੍ਹੀ ਜਿਹੀ ਕਮਰਸ਼ੀਅਲ ਵੀ ਹੋ ਗਈ ਹੈ ਮੈਂ ਇਲਾਕਾ ਨਿਵਾਸੀਆਂ ਨੂੰ ਪੇਰੈਂਟਸ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਹਜ਼ਾਰਾਂ ਹੀ ਬੱਚਾ ਗਰੀਬ ਆਪਾਂ ਨੇ ਫ੍ਰੀ ਪੜ੍ਹਾਇਆ 20-25 ਹਜ਼ਾਰ ਬੱਚਾ ਫ੍ਰੀ ਪੜ੍ਹਾਇਆ ਅਤੇ ਮੈਂ ਅੱਜ ਜੇ 30 ਸਾਲ
मीडियोकर फी अफोर्डेबल फी आम फीस च बच्चों एक लखा पढ़ा सकता ये मैं हूँ कमरशियल नहीं हो सकता ये मेरे खून च नहीं है तो मैं सारे नागी साहब थोड़े थ्रू थोड़े समाना खबरनामा के थ्रू यह विश्वास दिलाना कि फीस स्ट्रक्चर भी मीडियोकर है और तुम महसूस करोगे वैसे मैंने कहना नहीं चाहिए क्योंकि प्राइवेट स्कूल अफवाह फैला रहे हैं 6,000 का दाखला है 2,000 तो भी मेरी फीस ट्रांसपोर्ट जिस तरह का जिस फील्ड पर जितने बच्चे ने आना है इन्नी जी गल फीस है एक बच्चे का आम बंदा भी इस स्कूल च अफोर्ड कर सकता है फीस कोई बहुत ज्यादा फीस नहीं इसलिए गुमराह ना हो क्योंकि हर कोई सोचता भी ये नहीं होया जी वो नहीं होया मैं तो इतने गया बच्चे पढ़ाए ने धर्मशाला के बच्चे पढ़ाए ने झूपड़िया के बच्चे पढ़ाए ने जो बच्चे अज ऑफिसर बन सकते हैं बैंक ऑफिसर बन सकते हैं प्रोफेसर लैक्चर और इस इलाके के बच्चे NRI बन सकते हैं तो यह तो गल छड़ दो पढ़ाई की गरंटी एजुकेशन की कमिटमेंट जो लिखे पॉम्फलेट्स ये जे ना हो साढ़े तो सारी फीस डबल करके वापस लै जाए यह मैं थोड़ा केवल विश्वास और वादे दवाना इस करके क्योंकि ये न्यू इंस्टीट्यूशन है एसी स्कूल होगा एसी बसा हो स्टाफ की फैकल्टी होगी और 2 साल बाद नागी साहब उरे एडमिशन मिलना औखा हो जाना इस करके मैं पेरेंट्स में रिक्वेस्ट करना भी एज अर्ली एज पॉसीबल नाल दोनों प्रोस्पेक्टस मिलने इस प्रोस्पेक्टस के नाल सारा फीस स्ट्रक्चर दिता हुआ कोई लुकोनी हैगी सारी पिक्चर बिल्कुल क्लीयर है ये सारे पेरेंट्स में सारे इलाका निवासियों वातना समाना तो जिन्हें नेड़े तेड़े के पिंड के घर निवासियों मैं बेनती करना कि ये मौका है अपॉर्चुनिटी है ये दुकान नहीं है बिजनेस नहीं है लेकिन मेरे जी टीम लगी है ये बड़े मेहनती लगन से जो प्रिंसिपल सिलेक्ट हुई है यद एक्सपीरियंस पेरेंट्स भी जानते हैं तो कई तरह की कच्ची मंदी गल भी होंगी है परंतु मैं जो 30 साल कितने भी क्वेश्चन मार्क हों तो लोग इस पूरे तो गड्डिया नहीं आ सकती तो मैं फीस स्ट्रक्चर है ये प्रोस्पेक्टस है सर इस सारी इंफॉर्मेशन दी है कि योर ड्रीम स्कूल इज विजडम स्कूल नागरी इस सारी डिटेल इंफॉर्मेशन तुम जो आओगे प्रोस्पेक्टस तुम देखोगे कि सा ग्लोबल विजन है इंटरनेशनल लैवल से बच्चों को अपॉर्चुनिटी से इंफॉर्मेशन उन्होंने ऑनलाइन डिवेलपमेंट तुम एग्जैम्पलरी फील करोगे प्री प्रायमरी प्रायमरी मिडल और सेकेंडरी मतलब मीनस थोनों सोचने की लोड़ नहीं है एक बार तुम विजिट करो एडमिशन लो और एक साल बाद आप महसूस प्राउड महसूस करोगे कि सर ग्रेटफुल टू यू इस करके थोड़े राही विजडम स्कूल नागरी वास्ते प्रिंसिपल मोहन लाल शर्मा और पूरी टीम पूरा ट्रस्ट उन्होंने वेलफेयर है एजुकेशन है बच्चों की डिवेलपमेंट है और इस इलाके की शान होंगे इस करके मैं सारे बेनती करता एज अर्ली एज पॉसीबल स्कूल में विजिट करके तुम अपने बच्चों को दाखिल कराओ 5 अप्रैल तो स्कूल स्टार्ट होना है 5 अप्रैल तो पहला सा डे नाइट बिल्डिंग रात का टेंडर भी है दिन का टेंडर भी है डे नाइट बिल्डिंग एग्जैम्पलरी तैयार हो जानी है इन्ना कुछ कहने मैं रिक्वेस्ट करता सर प्रिंसिपल मैम सी विल एक्सप्लेन अबाउट के जो जो नीड ऑफ ICSE स्कूल वो ब्रीफ करेंगे थैंक यू नमस्कार सत श्री अकाल आई अमिता वालिया फर्स्ट ऑफ ऑल फील इमेंस प्लेजर टू शेयर विद यू ऑल अबाउट द ओपनिंग ऑफ PML विजडम स्कूल एट नागरी एज यू आस्क व्हाट इज आवर मोटिव टू ओपन द स्कूल Already sir told that in this area there is no ICSE school and every parents they are unable to send their wards to Patiala but they want quality education. So with this aim we are going to start our PML Wisdom School to provide quality education. We are under the esteemed chairmanship of Principal Dr. Mohan Lal Sharma. Everybody knows about his well just experience in the field of education from last 30 years. So under his guidance, as everybody knows that he works for the character development of the students and having a very, very dedicated team under his guidance. So with our team, just our motive to provide the students holistic approach. Holistic means
beyond the classrooms, not only in academic excellence, but for the character development, ethical principles and values. That is our aim. If I talk about our extensive curricular activities, that will be diverse range from sports, clubs, arts, where the students, they will learn beyond the classroom, they will explore their potential and will learn something which will be helpful in their practical life. So along with this, our holistic approach, dedicated team, well experienced in ICSE curriculum, we are going to provide the educators and the parents within 1 month, they will feel how we are different from others. We can say action speaks louder than words, and we have to show the parents, yes, how we are different from other schools. And so that's why, being the principal of PML Wisdom School, I welcome all the community members to join us in this exciting new journey for the growth and success of their wards. It's the first ICSE school of the area. So I invite all the parents and students to join with us to create the vibrant community for the success of their bright future. So please contact us, reach to us to know about our curriculum, to know about our programs and even admission process. We are looking forward for welcoming all the parents and students in our PML Wisdom School. Thank you. CKD principal ने मुझे विजन के अप्रोच, तो मैं तो इस करके अपनी पूरी टीम नाल, अपने सारी मैनेजमेंट नाल, सारे इलाकों वासियों ने कि अपने वालों कि वैसे तो लोड नहीं कि मैं अपने बारे को एक्सप्लेन करा, बट जो न्यू इनोवेटिव एजुकेशनल इंस्टीट्यूशन है, ताकि आईसीएसई होल्ड नाते ये डिफरेंट फ्रॉम अदर्स क्यों होएगा, ये अपॉर्चुनिटी पेरेंट्स नो असि दे रहे हैं. इस करके सारे नु वेलकम है, सारे नु जीएन, सारे नु सुस्वागतम, सत श्री अकाल, नमस्कार, वेलकम, जय हिंद.